ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹਰ ਵਾਲ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਈਮ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰੋ ਪ੍ਰੈਸ ਤਾਂ ਕਿ ਸਾਡੀਆਂ ਵਾਲੀ ਹਰ ਨਈ ਵੀਡੀਓ ਪਹੁੰਚੇ ਸਾਡੇ ਵੀਰਾਂ ਤੱਕ ਬਾਸਾਨੀ। ਭਰਾਵਾਂ ਦੀ ਖਿਦਮਤ ਦੇ ਵਿੱਚ ਇੱਕ ਸਮੁੰਦਰੀ ਦੇ ਨਗ ਵਰਗੀ ਝੋਟੀ ਲੈ ਕੇ ਆਇਆ, ਪਹਿਲਾਂ ਝੋਟੀ ਪਿਓਰ ਨੀਲੀ ਦਾ ਜਾਨਵਰ ਹੈ, ਜਾਨਵਰ ਸੋਇਆ ਹੋਇਆ ਤੇ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੇ ਚੋ ਲਿਆ ਸੀ, ਥੋੜੀ ਲੇਟ ਹੋ ਗਿਆ। ਕੈਮਰਾਮੈਨ ਸਾਹਿਬ ਜਾਨਵਰ ਦੀ ਤਸੱਲੀ ਕਰਾਵਣਗੇ, ਪਹਿਲਾਂ ਬੱਚਾ ਵਿਖਾ ਦਿਓ, ਕੱਟਾ ਹੈ ਮਗਰ ਜੀ, ਤਸੱਲੀ ਇਹਦੀ ਕਰਾ ਦਿਓ, ਉਹ ਤੋਂ ਬਾਅਦ ਤੁਹਾਨੂੰ ਜਾਨਵਰ ਦੀ ਤਸੱਲੀ ਕਰਾ ਦਿੰਦੇ ਹਾਂ, ਪੂਰੀਆਂ ਤਸੱਲੀਆਂ ਇਨਸ਼ਾਅੱਲਾ ਜਾਨਵਰ ਦੀਆਂ ਕਰਾ ਕੇ ਉਹ ਤੋਂ ਬਾਅਦ ਮਾਲਕਾਂ ਨਾਲ ਗੱਲਾਂ ਕਰਾਂਗੇ ਵੀ ਕੀ ਇਹਦਾ ਮੁਹੱਬਤਾਂ ਵਾਲਾ ਮੁੱਲ ਹੈ ਅਤੇ ਵੀਰਾਂ ਭਰਾਵਾਂ ਨੂੰ ਕਿੰਨੇ 'ਚ ਦੇਣੀ ਹੈ ਅਤੇ ਤੋਹਫ਼ਾ ਨੀਲੀ ਦਾ ਆਪਾਂ ਕਿੰਨੇ 'ਚ ਵੀਰਾਂ ਭਰਾਵਾਂ ਨੂੰ ਦਿੰਦਾ। ਪਿਓਰ ਨੀਲੀ ਦਾ ਜਾਨਵਰ ਇਹ ਗੱਲਾਂ ਨਾਲ ਨਹੀਂ, ਭਰਾਵਾਂ ਨੂੰ ਕੰਮ ਕਰਕੇ ਵਿਖਾਈਦਾ। ਮੁੰਦਰੀ ਦੇ ਨਗ ਵਰਗੀ ਝੋਟੀ ਹੈ ਅਤੇ ਮਾਸ਼ਾਅੱਲਾ ਬੜਾ ਸੋਹਣਾ ਥਣ ਅਤੇ ਸੋਹਣਾ ਵਾਨਾ ਹੈ ਜੀ। ਕੈਮਰੇ ਦੀ ਨਜ਼ਰ ਨਾਲ ਮੇਰੇ ਕੈਮਰਾਮੈਨ ਸਾਹਿਬ ਪੂਰੀ ਤਸੱਲੀ ਕਰਾ ਦੇਣਗੇ। ਝੋਟੀ ਚੋਈ ਹੋਈ ਹੈ ਅਤੇ ਚੋਣ ਤੋਂ ਬਾਅਦ ਵੀ ਮਾਸ਼ਾਅੱਲਾ ਕਿੱਟ ਕਿੱਟ ਹਵਾਨਾ ਬਾਹਰ ਹੈ। ਕੈਮਰੇ ਦੀ ਨਜ਼ਰ ਨਾਲ ਕੈਮਰਾਮੈਨ ਸਾਹਿਬ ਪੂਰੀ ਤਸੱਲੀ ਕਰਾਓ ਤਾਂ ਕਿ ਕਿਸੇ ਵੀ ਕਿਸਮ ਦਾ ਵੀਰਾਂ ਭਰਾਵਾਂ ਦੇ ਦਿਲ 'ਚ ਸ਼ੱਕ ਬਣਾ ਰਹੇ। ਇਹ ਨੀਲੀ ਦੇ ਜਾਨਵਰਾਂ ਦੀ ਖਾਸੀਅਤ ਇਹ ਵੀ ਇਹ ਬਾਹਰ ਦੇ ਚਾਰੇ 'ਤੇ ਚਰ ਕੇ ਹੀ ਦੁੱਧ ਦਿੰਦੀਆਂ ਨੇ। ਇੱਥੋਂ ਲੋਕ ਜ਼ਿਆਦਾ ਪੱਠੇ ਪੁੱਠੇ ਨਹੀਂ ਪਾਉਂਦੇ, ਵੰਡਾ ਵੁੰਡਾ ਐਡਾ ਕੋਈ ਨਹੀਂ ਪਾਉਂਦੇ। ਕੈਮਰੇ ਦੀ ਨਜ਼ਰ ਨਾਲ ਮੇਰੇ ਕੈਮਰਾਮੈਨ ਸਾਹਿਬ ਪੂਰੀ ਤਸੱਲੀ ਕਰਾ ਦੇਣਗੇ। ਚਿੱਟੀ ਸਫੈਦ ਆਖੇ ਹੱਥ ਰੱਖਿਆ ਸਿੰਘ ਲੁੱਕਦਾ, ਧਾਗੇ ਰੰਗੀ ਪੂਛਲ, ਗਿੱਠ ਗਿੱਠ ਪਸ਼ਮ। ਕੈਮਰੇ ਦੀ ਨਜ਼ਰ ਨਾਲ ਕੈਮਰਾਮੈਨ ਸਾਹਿਬ ਦੋਵੇਂ ਅੱਖਾਂ ਚਿੱਟੀਆਂ ਸਫੈਦ ਕੈਮਰੇ ਦੀ ਨਜ਼ਰ ਨਾਲ ਵਿਖਾਉਂਦੇ ਪਏ ਨੇ। ਮੁੰਦਰੀ ਦੇ ਨਗ ਵਰਗੀ ਝੋਟੀ ਹੈ, ਸੋਹਣਾ ਪੁੱਠਾ, ਸੋਹਣਾ ਕੱਦ ਕਾਠ, ਸੋਹਣੀ ਲਾਮ। ਕੈਮਰੇ ਦੀ ਨਜ਼ਰ ਨਾਲ ਵਿਖਾਓ ਜੀ ਕੈਮਰਾਮੈਨ ਸਾਹਿਬ। ਝੋਟੀ ਚੋਣ ਤੋਂ ਬਾਅਦ ਵੀ ਗਿੱਠ ਗਿੱਠ ਹਵਾਨਾ ਬਾਹਰ ਕੀਤੀ ਖੜੀ ਹੈ ਅਤੇ ਮਾਸ਼ਾਅੱਲਾ ਥੱਬਿਆਂ ਦੇ ਹਵਾਨੇ ਨੇ। ਕੈਮਰੇ ਦੀ ਨਜ਼ਰ ਨਾਲ ਪੂਰੀ ਤਸੱਲੀ ਮੇਰੇ ਕੈਮਰਾਮੈਨ ਸਾਹਿਬ ਕਰਾਵਣਗੇ। ਅਗਾਂਹ ਲੈਣੇ ਦੇਣੇ ਮੁਕੱਦਰ ਸੌਦੇ ਨਸੀਬਾਂ ਨਾਲ ਹੁੰਦੇ ਨੇ। ਕੈਮਰਾਮੈਨ ਸਾਹਿਬ ਜਾਨਵਰ ਦੀ ਤਸੱਲੀ ਕਰਾਉਂਦੇ ਪਏ ਨੇ ਤਾਂ ਸ਼ੱਕ ਸ਼ੁਭਾ ਕੈਮਰਾਮੈਨ ਸਾਹਿਬ ਨਾ ਛੱਡਿਆ ਜੇ। ਪਿਓਰ ਨੀਲੀ ਦਾ ਜਾਨਵਰ ਹੈ, ਭਰਾਵਾਂ ਨੂੰ ਵਿਖਾਓ, ਇਹਦੀ ਤਸੱਲੀ ਕਰਾਓ ਤਾਂ ਕਿ ਕਿਸੇ ਵੀ ਵੀਰ ਭਰਾ ਦੇ ਦਿਲ 'ਚ ਸ਼ੱਕ ਸ਼ੁਭਾ ਨਾ ਰਹੇ ਵੀ ਜਾਨਵਰ ਦੀ ਸਾਡੀ ਤਸੱਲੀ ਨਹੀਂ ਹੋਈ। ਤਸੱਲੀਆਂ ਆਪਾਂ ਕਰਾ ਕੇ ਦੇਣੀਆਂ ਨੇ। ਮਾਸ਼ਾਅੱਲਾ ਮੁੱਠ ਮੁੱਠ ਦਾ ਥਾਨ ਅਤੇ ਗਿੱਠ ਗਿੱਠ ਦੀਆਂ ਬੜੀਆਂ ਸੋਹਣੀਆਂ ਵਿਰਲਾਂ। ਕੈਮਰੇ ਦੀ ਨਜ਼ਰ ਨਾਲ ਪੂਰੀ ਤਸੱਲੀ ਕਰਾਓ ਜੀ ਤਾਂ ਕਿ ਕਿਸੇ ਵੀ ਵੀਰ ਭਰਾ ਦੇ ਦਿਲ 'ਚ ਸ਼ੱਕ ਸ਼ੁਭਾ ਨਾ ਰਹੇ ਵੀ ਸਾਡੇ ਜਾਨਵਰ ਦੀ ਤਸੱਲੀ ਨਹੀਂ ਹੋਈ। ਹਰ ਵਾਲ ਐਨੀਮਲ ਟੀਵੀ 'ਤੇ ਅਸੀਂ ਜਾਨਵਰ ਵੇਖਿਆ ਤਾਂ ਸਾਡੀ ਤਸੱਲੀ ਨਹੀਂ ਹੋਈ। ਮਾਸ਼ਾਅੱਲਾ ਥੱਬਿਆਂ ਦੇ ਹਵਾਨੇ, ਪਹਿਲਾਂ ਝੋਟੀ ਹੋ ਕੇ ਰੱਬ ਨੇ ਬੜਾ ਸੋਹਣਾ ਹਵਾਨਾ ਦਿੱਤਾ, ਸੋਹਣਾ ਥਣ ਲਾਇਆ, ਬਿਰਲਾਂ ਬੜੀਆਂ ਸੋਹਣੀਆਂ ਨੇ। ਕੈਮਰੇ ਦੀ ਨਜ਼ਰ ਨਾਲ ਤਸੱਲੀ ਕਰਾਉਂਦੇ ਪਏ ਨੇ, ਸ਼ੱਕ ਸ਼ੁਭਾ ਨਹੀਂ ਛੱਡਾਂਗੇ ਇਨਸ਼ਾਅੱਲਾ। ਝੋਟੀ ਛੋਟੀ ਛੋਟੀ ਸਿੰਘੀ ਕੈਮਰੇ ਦੀ ਨਜ਼ਰ ਨਾਲ ਪੂਰੀ ਤਸੱਲੀ ਕਰਾਉਂਦੇ ਪਏ ਨੇ। ਕੈਮਰਾਮੈਨ ਸਾਹਿਬ ਜਾਨਵਰ ਦੀ ਤਸੱਲੀਆਂ ਇਨਸ਼ਾਅੱਲਾ ਅਸੀਂ ਪੂਰੀਆਂ ਕਰਾਵਾਂਗੇ। ਅਗਾਂ ਲੈਣੇ ਦੇਣੇ ਮੁਕੱਦਰ ਸੌਦੇ ਨਸੀਬਾਂ ਨਾਲ। ਤੁਰਦਾ ਫਿਰਦਾ ਵੀਰਾਂ ਭਰਾਵਾਂ ਨੂੰ ਜਾਨਵਰ ਵਿਖਾ ਦਿੱਤਾ ਵੀ ਜਾਨਵਰ ਮਾਸ਼ਾਅੱਲਾ ਬੜਾ ਸੋਹਣਾ ਤੁਰਦਾ ਫਿਰਦਾ। ਇਹ ਨਹੀਂ ਵੀ ਜਾਨਵਰ ਕੋਈ ਲੰਗ ਲੁੰਗ ਮਾਰਦਾ ਜਾਂ ਜਾਨਵਰ ਦੇ ਤੁਰਨ 'ਚ ਕੋਈ ਮਸਲਾ ਹੈ। ਸਾਰੀ ਤਸੱਲੀ ਮੇਰੇ ਕੈਮਰਾਮੈਨ ਸਾਹਿਬ ਕਰਾਉਂਦੇ ਪਏ ਨੇ। ਸ਼ੱਕ ਸ਼ੁਭਾ ਨਾ ਛੱਡਿਆ ਜੇ ਵੀ ਕਿਸੇ ਵੀਰ ਭਰਾ ਦੇ ਦਿਲ 'ਚ ਇਹ ਨਾ ਆਵੇ ਵੀ ਸਾਨੂੰ ਹਰ ਫਲ ਐਨੀਮਲ ਟੀਵੀ 'ਤੇ ਅਸੀਂ ਜਾਨਵਰ ਵੇਖਿਆ ਅਤੇ ਸਾਡੀ ਤਸੱਲੀ ਨਹੀਂ ਹੋਈ ਜੇ ਸਾਡੇ ਕੋਈ ਦਿਲ 'ਚ ਸ਼ੱਕ ਸ਼ੁਭਾ ਰਹਿ ਗਿਆ। ਤੁਸੀਂ ਸ਼ੱਕ ਸ਼ੁਭਾ ਨਹੀਂ ਰਹਿਣ ਦੇਣਾ ਕੈਮਰਾਮੈਨ ਭਾਈ, ਅੱਗੇ ਹੋਇਆ ਜੀ ਮਾੜਾ ਗਾਨੀ ਤੋਂ ਫੜਿਆ ਜੀ। ਹਵਾਨਾ ਵਿਖਾ ਦਿਓ ਕੈਮਰਾਮੈਨ ਸਾਹਿਬ, ਪੂਰੀ ਤਸੱਲੀ ਭਰਾ ਦੇ। ਕਿੰਨੇ ਦਿਨਾਂ ਦੀ ਸੂਈ ਹੈ ਇਹ ਮਾਲਕਾਂ ਕੋਲ ਪੁੱਛਾਂਗੇ ਆਪਾਂ ਨੂੰ, ਕਿਉਂਕਿ ਬਿਹਤਰ ਆਪਾਂ ਨੂੰ ਉਹੀ ਦੱਸ ਸਕਦੇ। ਵੀਡੀਓ ਪਸੰਦ ਆਵੇ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਤੁਹਾਡੇ ਵੀਰਾਂ ਭਰਾਵਾਂ ਦਾ ਆਪਦਾ ਚੈਨਲ, ਅਸੀਂ ਆਪਦੇ ਵੀਰਾਂ ਭਰਾਵਾਂ ਲਈ ਮਿਹਨਤ ਕਰਦੇ ਹਾਂ ਤਾਂ ਕਿ ਸਾਡੇ ਵੀਰ ਭਰਾ ਮੁਨਾਸਬ ਅਤੇ ਮਕਬੂਲ ਕੀਮਤ 'ਚ ਜਾਨਵਰ ਖਰੀਦਦੇ ਰਹਿਣ। ਆਓ ਤੁਹਾਨੂੰ ਹੁਣ ਮਾਲਕਾਂ ਨਾਲ ਗੱਲਾਂ ਕਰਾਉਂਦੇ ਹਾਂ ਕੀ ਇਹਦਾ ਮੁਹੱਬਤਾਂ ਵਾਲਾ ਮੁੱਲ ਹੈ। ਅਸਲਾਮ ਅਲੈਕੁਮ ਜੀ ਭਾਈ। ਵਾਲੇਕੁਮ ਸਲਾਮ। ਕੀ ਹਾਲ ਹੈ ਭਾਈ ਜੀ? ਠੀਕ ਠਾਕ ਜੀ। ਵੀਰ ਸੇ ਠੀਕ ਹੈ? ਠੀਕ ਠਾਕ। ਕੀ ਨਾਮ ਹੈ ਜੀ ਆਪਣਾ? ਮੁਹੰਮਦ ਅਨਸ। ਅਨਸ ਸਾਹਿਬ, ਝੋਟੀ ਆਪਣੀ ਕਿੰਨੇ ਕੁ ਦਿਨ ਹੋ ਗਿਆ ਸੂਈ ਨੂੰ? ਅੱਜ ਤੀਜਾ ਦਿਨ ਸੂਈ ਨੂੰ। ਤੀਜਾ ਦਿਨ ਸੂਈ ਨੂੰ ਹੋ ਗਿਆ, ਬੜੀ ਮਗਰ ਕੱਟਿਆ ਹੈ ਜੀ? ਹਾਂਜੀ। ਠੀਕ ਹੋ ਗਿਆ? ਝੋਟੀ ਭਾਰ ਭੂਰ ਤਾਂ ਨਹੀਂ ਪਾਉਂਦੀ? ਕੋਈ ਭਾਰ ਨਹੀਂ, ਕੋਈ ਕੁਛ ਨਹੀਂ। ਅੱਛਾ, ਤੇ ਹੁਣ ਝੋਟੀ ਕੋਲ ਹਾਜ਼ਰ ਵਕਤ 3 ਦਿਨਾਂ ਦੀ ਕੱਚੀ ਸੂਈ ਹੈ, ਦੁੱਧ ਕਿੰਨਾ ਕੁ? 6 ਕਿਲੋ ਦੁੱਧ ਹੈ ਅਤੇ ਕੋਈ ਸ਼ੈ ਨਹੀਂ ਅਸੀਂ ਪਾਈ। ਅੱਛਾ ਜੀ, 6 ਕਿਲੋ ਦੁੱਧ ਬੱਚੇ ਨੂੰ ਕਿੰਨੇ ਥਾਂ ਛੱਡਦੇ ਜੀ? ਦੋ। ਅਗਲੇ ਪਿਛਲੇ ਕਿ ਕੇ? ਅਗਲੇ ਦੋ। ਅਗਲੇ ਦੋ ਬੱਚੇ ਨੂੰ ਛੱਡਦੇ? ਪਿਛਲੇ ਦੋ ਥਣਾਂ 'ਚ 3 ਕਿਲੋ ਦੁੱਧ ਦੇ ਇੱਕ ਟਾਈਮ ਦਾ? ਹਾਂਜੀ। 6 ਕਿਲੋ ਦੁੱਧ ਦੇ ਕੇ ਇੱਕ ਟਾਈਮ ਦਾ ਕਿ? ਦੋ ਟਾਈਮਾਂ ਦਾ। 6 ਦੋ ਟਾਈਮਾਂ ਦਾ 6 ਕਿਲੋ, ਵੀ 3 ਕਿਲੋ ਹੈਗਾ ਵੀ ਇੱਕ ਟਾਈਮ ਦਾ? ਹਾਂਜੀ। ਅਤੇ ਖਲ ਵੰਡਾ ਪਾਇਆ ਤੁਹਾਡਾ ਕੀ ਦੇਣ? ਝੋਟੀ ਕਿੰਨਾ ਕੁ ਦੁੱਧ ਕਰ ਜਾਏ? 10-12 ਕਿਲੋ ਦੁੱਧ ਕਰ ਜਾਏ। 10-12 ਕਿਲੋ ਦੁੱਧ ਕਰ ਜਾਏ ਜੀ। ਠੀਕ। ਇਹਦਾ ਹੁਣ ਮੁਹੱਬਤਾਂ ਵਾਲਾ ਅਤੇ ਮੁੱਲ ਆਪਾਂ ਕਰੀਏ, ਕਿੰਨਾ ਮੁੱਲ ਕਰਦੇ ਹਾਂ ਜੀ? 2,05,000।
2 लाख ते 5,000 रुपया आपां देनी कित्थे, जिहड़ी गल आपां उह करिए जिहड़ी कोई प्यार मुहब्बत वाली होवे, वीरां भरावां नूं वी अपनी गल पसंद आवे वी भरा ने कोई प्यार मुहब्बत कीती है। इह आपां फाइनल किन्ने च देनी जी? 2 लाख तों घट नहीं हो सकदी। 2 लाख दी देनी आपां जी? हाँ जी फाइनल 2 लाख। ठीक हो गया जी। ते झूठी दुध तो वधे दी? हाँ जी इंशाल्लाह मैं रब दे कोनो वधे दी। ठीक हो गया। खाल नीली दी सारी दिन चार दी रही। ठीक हो गया। ठीक है जी भाई जी, बड़ी मेहरबानी। कैमरामैन साहब ने जानवर की तसली करा दी। मालकन डिमांड हैगी है जी 2 लाख ते 5,000 रुपया, लेकिन उन्होंने कहा जी 2 लाख की दे देंगे। जिस वीर भरा साड़ी वीडियो पसंद आई होवे और ये जानवर खरीदना चाहता हो, साडा राबता नंबर ते वट्सएप नंबर है जी 0300 पूरा 2790673, 0300 पूरा 2790673। इस नंबर पर साड़ी वट्सएप बनी हुई है। इस दिन ही आपके मेज़बान मुहम्मद नईम दे जाए। इंशाल्लाह बहुत जल्द एक और नीली के ब्रांड नाल हाजिर होवांगे। अल्लाह हाफिज़।